रायकोट च कोरोना पॉजिटिव दे दो नवे केस सामने आए हैं जिन्हां विच एक RMP डॉक्टर अते एक औरत शामिल है। इस संबंधी जानकारी दिंदिया सरकारी हस्पताल रायकोट दे फार्मासिस्ट अफसर जसविंदर सिंह वालिया ने दसिया कि अज सरकारी हस्पताल रायकोट विखे किते रैपिड टेस्ट दौरान रायकोट विखे मेडिकल प्रैक्टिस करदे पिंड कालसा दे एक RMP डॉक्टर की रिपोर्ट पॉजिटिव आई है, जो मृतक कोरोना पॉजिटिव ANM दे संपर्क विच आया सी, जिसनों सरकारी हदायतों मुताबक आइसोलेट कर दिता गया है। डॉक्टर के संपर्क में आने वाले व्यक्तियों की जानकारी इकट्ठी की जा रही है। इस तो अलावा ग्रीनी सिटी रायकोट की वसनीक 46 साल औरत की रिपोर्ट भी पॉजिटिव आई है। उन्होंने लोगों को अपील करद कहा कि कोरोना महामारी तो बचने सरकारी दिशा निर्देशों की पालना करनी लाजमी करो। मेरा नाम जसविंदर सिंह, फार्मेसी ऑफिसर सिविल हस्पताल रायकोट। अच्छा, अपने अज की कोरोना पॉजिटिव रिपोर्ट की है, की उसकी डिटेल? ਸਾਡੇ ਸਿਵਲ ਹਸਪੀਟਲ 'ਚ ਇੱਕ ਅਸੀਂ ਟੈਸਟ ਪਹਿਲਾਂ ਕੀਤਾ ਸੀਗਾ। ਕੋਈ ਗ੍ਰੀਨ ਸਿਟੀ ਦੀ ਲੇਡੀ ਆ 46 ਸਾਲ ਦੀ, ਇੱਕ ਉਹ ਪੋਜ਼ੀਟਿਵ ਆਈ ਆ ਅਤੇ ਇੱਕ ਅਸੀਂ ਰੈਪਿਡ ਐਂਟੀਜਨ ਟੈਸਟ ਅੱਜ ਕੀਤਾ ਹੈਗਾ, ਉਹ ਵੀ ਰਾਏਕੋਟ ਨਾਲ ਸੰਬੰਧਿਤ ਆ, ਬੇਸਿਕ ਰਾਏਕੋਟ ਜਾਂਦਾ, ਅਤੇ ਅੱਜ ਉਹਦਾ ਵੀ ਪੋਜ਼ੀਟਿਵ ਆਇਆ। ਉਹਦਾ ਪਿੰਡ ਕਾਲਸਾ ਵਾ, ਰਾਏਕੋਟ ਆਪਣਾ ਇੱਥੇ ਕੋਈ ਕੰਮ ਕਰਦਾ ਹੋਏਗਾ। ਉਹਦੀ ਕੀ ਹਿਸਟਰੀ ਕੀ ਆ? ਹਿਸਟਰੀ ਤਾਂ ਜਿਵੇਂ ਉਹਨੇ ਦੱਸੀ ਆ ਵੀ ਉਹ ਮਤਲਬ ਆਪਣੀ ਕੋਈ ਪ੍ਰੈਕਟਿਸ ਕਰਦਾ, ਤਾਂ ਉਹਨੇ ਕਿਸੇ ਕੰਟੈਕਟ ਵਾਲਾ ਕੋਈ ਮਰੀਜ਼ ਹੋਣਾ, ਉਹਦੇ ਕੋਈ ਇੰਜੈਕਸ਼ਨ ਜੁਕਸ਼ਨ ਜਾਂ ਕੋਈ ਇਹ ਲਾਇਆ ਹੋਣਾ, ਉਸ ਕਰਕੇ ਉਹ ਪੋਜ਼ੀਟਿਵ ਆ ਗਿਆ। ਅੱਛਾ, ਇੱਕ ਆਪਣੇ ਲਾਸਟ ANM ਦੀ ਵੀ ਕਰੋਨਾ ਨਾਲ ਡੈਥ ਹੋਈ ਸੀਗੀ, ਉਹਦੀ ਕੀ ਸਟੇਟਸ, ਕੋਈ ਆਈ ਆ ਹਿਸਟਰੀ ਕੁਛ ਉਹਦੀ ਫੈਮਿਲੀ ਦਾ, ਹੋਰ ਕੁਛ ਉਹਦੀ ਫੈਮਿਲੀ ਬਾਰੇ? ਹੈਗਾ ਵੀ ਉਹਦੀ ਫੈਮਿਲੀ 'ਚ ਜਿਹੜੇ ਉਹਦੇ ਮਦਰ ਅਤੇ ਫਾਦਰ ਸੀਗੇ, ਉਹਨਾਂ ਦੇ ਟੈਸਟ ਇੱਥੇ ਰੈਪਿਡ ਹੋਏ ਸੀ, ਰੈਪਿਡ। ਇੱਕ ਉਹਦਾ ਬੇਟਾ ਵਾ, ਉਹ 3 ਰੈਪਿਡ ਟੈਸਟ ਪੋਜ਼ੀਟਿਵ ਆਏ ਸੀਗੇ, ਉਹਨਾਂ ਨੂੰ ਜਗਰਾਉਂ ਭੇਜ ਦਿੱਤਾ ਗਿਆ ਸੀਗਾ, ਪਰ ਹੁਣ ਉਹ ਹੋਮ ਆਈਸੋਲੇਸ਼ਨ। ਰਾਏਕੋਟ ਤੋਂ ਰਾਜਪਾਲ ਮਹੰਤ ਦੀ ਰਿਪੋਰਟ। ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ, ਜੇਕਰ ਤੁਸੀਂ ਪਰੇਸ਼ਾਨ ਹੋ ਤਾਂ ਇੱਧਰ ਉੱਧਰ ਨਾ ਘੁੰਮੋ, ਬਸ ਸੰਪਰਕ ਕਰੋ ਪੰਡਿਤ ਅਮਿਤ ਸ਼ਰਮਾ ਜੀ ਨਾਲ। ਸਮੱਸਿਆ ਭਾਵੇਂ ਕੋਈ ਵੀ ਹੋਵੇ, ਜਿਵੇਂ ਲਵ ਮੈਰਿਜ ਲਈ ਮਾਂ ਬਾਪ ਨੂੰ ਮਨਾਉਣਾ, ਪਿਆਰ ਵਿੱਚ ਧੋਖਾ, ਸੌਂਤਰਨ ਜਾਂ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਕਰਜ਼ਾ ਮੁਕਤੀ ਜਾਂ ਵਿਦੇਸ਼ ਯਾਤਰਾ, ਤਾਜ ਹੀ ਆਓ ਮਾਂ ਅੰਬਿਕਾ ਜੋਤਿਸ਼ ਕੇਂਦਰ ਫਗਵਾੜਾ। ਫੋਨ ਨੰਬਰ 72988 78600।